ਉਹਨਾਂ ਦੇ ਵਿੱਚੋਂ ਹੀ ਆਪ ਨੂੰ ਦੁਬਾਰਾ ਯਾਦ ਕਰਾ ਰਹਿੰਦਾ ਹੈ।
ਬਈ ਅਗਨੀ ਇੰਨੀ ਤੇਜ਼, ਇੱਡੇ ਵੱਡੇ ਸਮੁੰਦਰ ਲੋਕ ਕਿਵੇਂ ਪਾਣੀ ਸਾੜਦੀ ਕਿਵੇਂ ਹੈ, ਬੈਲੈਂਸ ਪਾਣੀ ਦਾ ਕਿਵੇਂ ਇਹ ਬਰਕਰਾਰ ਰੱਖਦੀ ਹੈ। ਭਾਈ ਗੁਰਦਾਸ ਸਾਹਿਬ ਜਿਹੜੇ ਸ਼ਾਸਤਰਾਂ ਦੇ ਗਿਆਤਾ ਸਨ, ਵਿਦਵਾਨ ਸਨ, ਉਹ ਕਹਿ ਲੱਗੇ ਕਿ ਇਸ ਧਰਤੀ ਇਸ ਪਾਣੀ ਦੇ ਥੱਲੇ ਜਿਹੜਾ ਤਵਾ ਹੈ ਨਾ, ਜਿਹਦੇ ਥੱਲੇ ਅੱਗ ਵਗਦੀ ਹੈ, ਅੱਗ ਵਲਦੀ ਹੈ, ਉਸ ਅੱਗ ਦੇ ਵਿੱਚ ਸਿਰ ਪਾਏ ਜਾਂਦੇ ਨੇ ਜਿੰਨੇ ਜਾਲਮ ਰਾਜੇ ਧਰਤੀ ਦੇ ਉੱਤੇ ਪਾਪ ਕਰਨ ਵਾਲੇ ਨੇ, ਉਹਨਾਂ ਦੇ ਸਿਰ ਵੱਢ ਕੇ ਅਗਨੀ ਦੇ ਵਿੱਚ ਪਾਏ ਜਾਂਦੇ ਨੇ, ਤਾਂ ਇਹ ਅਗਨੀ ਇੰਨੀ ਜ਼ਿਆਦਾ ਚੜ੍ਹ ਜਾਂਦੀ। ਜਿੰਨੇ ਜਾਲਮ ਰਾਜੇ ਨੇ ਉਹਨਾਂ ਜਾਲਮ ਰਾਜਿਆਂ ਦੇ ਸਿਰ ਵੱਢੇ ਹੁੰਦੇ ਨੇ, ਉਹ ਇੰਨੀ ਪ੍ਰਚੰਡਤਾ ਚੱਲਦੀ। ਇਸ ਕਰਕੇ ਜਿਹੜਾ ਬਾਦਸ਼ਾਹਤ ਹੈ, ਬਾਦਸ਼ਾਹ ਨੂੰ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਫੈਸਲਾ ਕੀਤਾ ਕਿ ਰਾਜੇ ਚੁੱਲੀ ਨਿਆ, ਜਿਹੜਾ ਤਖ਼ਤ ਦੇ ਉੱਤੇ ਬੈਠਾ ਤਖ਼ਤ ਬਹਿ ਤਖ਼ਤ ਹੈ ਕੀ ਲਾਇਕ ਪੈ ਪੰਚਾਇਆ ਰਾਜ, ਤਖ਼ਤ ਦੇ ਉੱਤੇ ਬੈਠਣ ਦੇ ਯੋਗ ਉਹ ਹੈ ਜਿਹੜਾ ਸਾਧ ਸੰਗਤ ਦੀ ਸਾਧ ਸੰਗਤ ਦਾ ਸਤਿਕਾਰ ਕਰਦਾ। ਪੈ ਪੰਚਾਇਤ ਪੰਚਾਂ ਦਾ, ਗੁਰਮੁਖਾਂ ਦਾ, ਪੰਜਾਂ ਸਿੰਘਾਂ ਦਾ ਸਤਿਕਾਰ ਕਰਦਾ, ਗੁਰਮੁਖਾਂ ਦਾ ਸਤਿਕਾਰ ਕਰਦਾ। ਪੈ ਪੰਚਾਇਤ ਰਸ ਉਹਨਾਂ ਦੇ ਭੈ ਵਿੱਚ, ਗੁਣਾਂ ਦੇ ਉਹਨਾਂ ਦੇ ਅਦਬ ਦੇ ਵਿੱਚ ਰਹਿੰਦਾ, ਧਰਮ ਦਾ ਸਤਿਕਾਰ ਕਰਦਾ, ਉਹ ਯੋਗ ਹੈ ਤਖ਼ਤ ਦੇ ਉੱਤੇ ਬੈਠਣ ਦੇ। ਅਤੇ ਜਿਸ ਇਨਸਾਨ ਦੇ ਅੰਦਰ ਉਹ ਔਗਣ ਆ ਜਾਣ, ਸਾਧ ਸੰਗਤ ਦਾ ਸਤਿਕਾਰ ਛੱਡ ਦੇਵੇ, ਜਿਹੜੇ ਗੁਣ ਨੇ ਉਹਨਾਂ ਨੂੰ ਨਾ ਧਾਰਨ ਕਰੇ, ਉਹ ਰਾਜ ਹੈ ਜਿਹੜਾ ਉਹ ਜਾਂਦਾ ਰਹੇ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਨੂੰ ਉੱਤੇ ਉਪਦੇਸ਼ ਕਰ ਰਹੇ ਸਨ ਕਿ ਇਹ ਸਮਾਂ ਜਿਹੜਾ ਹੈ ਤੇਜ, ਤੁਸੀਂ ਦੇਖਦੇ ਹੋ ਇਹ ਤੇਜ ਥੋੜ੍ਹਾ ਸਮਾਂ ਨਹੀਂ, ਇਹ ਤੇਜ ਨੇ ਉੱਠ ਜਾਣਾ। ਜਿਹੜਾ ਨੌਫ ਰਾਜਾ ਸੀ ਨਾ, ਨੌਫ ਰਾਜਾ ਇਤਿਹਾਸ ਦੇ ਵਿੱਚ ਆਉਂਦਾ, ਜਿੰਦਰ ਸਭਨਾਂ ਤੋਂ ਵੱਡਾ 33 ਕਰੋੜ ਦੇਵਤਿਆਂ ਦਾ ਵੀ ਰਾਜਾ ਗਿਣ ਗਿਆ, ਮਨੁੱਖਾਂ ਤੋਂ ਉੱਤੇ ਦੇਵਤੇ ਦੇਵਤਿਆਂ ਦਾ ਰਾਜਾ ਇੰਦਰ ਗਿਣ ਗਿਆ। ਸੋ ਇਹਨੂੰ ਹਰਾ ਕੇ ਨੌਫ ਰਾਜੇ ਨੇ ਇੰਦਰ ਦੀ ਪਦਵੀ ਪ੍ਰਾਪਤ ਕਰ ਲਈ ਅਤੇ ਇੰਦਰ ਨੱਟ ਕੇ ਲੁੱਕ ਗਿਆ। ਅਤੇ ਦੇਖੋ ਜਿਹੜੀ ਤਾਕਤ ਹੈ ਨਾ, ਜੇ ਤੁਸੀਂ ਇੰਗਲੈਂਡ ਜਾਓ, ਇੰਗਲੈਂਡ ਦੀ ਪਾਰਲੀਮੈਂਟ ਦੇ ਉੱਤੇ ਲਿਖਿਆ, ਪਾਰਲੀਮੈਂਟ ਦੇ ਦਰਾਂ ਦੇ ਉੱਤੇ ਲਿਖਿਆ ਉਹਨਾਂ ਨੇ, ਪਾਵਰ ਕਰਪਟਸ, ਐਬਸੋਲੂਟ ਪਾਵਰ ਕਰਪਟਸ ਐਬਸੋਲੂਟ, ਤਾਕਤ ਹੈ ਜਿਹੜੀ ਬੰਦੇ ਨੂੰ ਭ੍ਰਿਸ਼ਟ ਕਰਦੀ ਹੈ। ਜੇ ਬਹੁਤੀ ਤਾਕਤ ਆ ਜਾਵੇ ਜੇ ਬੱਕਰੀ ਜਮੇ ਦਿਮਾਗ ਹੀ ਬਣਾ ਦਿੰਦੀ, ਜਿਨ੍ਹਾਂ ਨੇ ਅੱਧੀ ਦੁਨੀਆ 'ਤੇ ਰਾਜ ਕੀਤਾ ਨਾ, ਉਹਨਾਂ ਨੇ ਇਹ ਗੱਲਾਂ ਆਪਣੇ ਪਾਰਲੀਮੈਂਟ ਦੇ ਦਰਵਾਜ਼ਿਆਂ ਦੇ ਉੱਤੇ ਲਿਖੀਆਂ, ਦੁਨੀਆ ਨੂੰ ਸਮਝਾਈਆਂ। ਜਿਹਦੇ ਕੋਲ ਤਾਕਤ ਆ ਜਾਵੇ ਉਹ ਸੋਚਣ ਲੱਗ ਜਾਂਦਾ ਵੀ ਮੈਂ ਫਿਰ ਕੀ ਬਣ ਗਿਆ। ਨੌਖ ਰਾਜਾ ਜਿਹੜਾ ਇੰਦਰ ਦੀ ਪਦਵੀ ਦੇ ਉੱਤੇ ਬਹਿ ਗਿਆ ਅਤੇ ਬੈਠ ਕੇ ਇਹਦੇ ਮਨ ਦੇ ਵਿੱਚ ਵੀ ਤੂੰ ਇੰਦਰ ਦੀ ਪਦਵੀ 'ਤੇ ਬੈਠਾ ਕੋਈ ਭਲਾ ਕਰਮ ਕਰ। ਪਹਿਲਾ ਕਰਮ ਇਹਨੇ ਕੀ ਕੀਤਾ ਵੀ ਜਿਹੜੀ ਇੰਦਰ ਦੀ ਘਰ ਵਾਲੀ ਸੱਜੀ ਉਹਦੇ ਨਾਲ ਮੈਂ ਵਿਆਹ ਕਰਾਂ। ਅਤੇ ਇਹੋ ਜਿਹਾ ਜਦੋਂ ਦੁੱਖ ਆਵੇ ਫਿਰ ਬੰਦੇ ਨੂੰ ਸੁਰਤ ਆਉਂਦੀਆਂ ਵੀ ਹੁਣ ਮੇਰਾ ਗਾਥਾ ਪਾਉਣਾ, ਫਿਰ ਮੂੰਹ ਗੁਰੂ ਵੱਲ ਹੁੰਦਾ। ਉਹਨੇ ਅਸੀਂ ਯਾਦ ਕਰਦੇ ਜਦੋਂ ਦੁੱਖ ਨਪੀੜ ਛੱਡੇ ਨਾ, ਫਿਰ ਗੁਰੂ ਯਾਦ ਆਉਂਦਾ, ਫਿਰ ਉਹਨੇ ਦੇਖਿਆ ਹੁਣ ਕਿੱਥੇ ਜਾਵਾਂ, ਇੰਦਰ ਨੂੰ ਯਾਦ ਕੀਤਾ। ਇੰਦਰ ਕਹਿੰਦਾ ਬ੍ਰਹਿਸਪਤ ਗੁਰੂ ਆਪਣਾ ਉਹਦੇ ਕੋਲ ਜਾ, ਬ੍ਰਹਿਸਪਤ ਗੁਰੂ ਸੀ ਜਾ ਕੇ ਚਰਨਾਂ ਦੇ ਨਮਸਕਾਰ ਕੀਤੇ ਵੀ ਗੁਰੂ ਜੀ ਆਹ ਬਿਰਥਾ ਆਪੇ ਕੀ ਕਰਾਂ। ਕਹਿੰਦਾ ਇਉਂ ਕਹਿ ਜਾ ਕੇ ਉਹਨੂੰ ਵੀ ਤੂੰ ਹੁਣ ਰਾਜਪਾਤੀ ਤਾਂ ਪ੍ਰਾਪਤ ਕਰਨ ਲਈ ਮੈਂ ਕਹਿੰਦਾ ਵਿਆਹ ਕਰਾਉਣ ਨੂੰ ਤਿਆਰ ਹਾਂ, ਪਰ ਇੱਕ ਸ਼ਰਤ ਹੈ ਮੇਰੀ। ਉਹ ਕਹਿੰਦਾ ਕਿ ਕਹਿੰਦਾ ਕਿਹੜੀ, ਕਹਿੰਦੇ ਤੈਨੂੰ ਪੁੱਛਣਗੇ ਵੀ ਕਿਹੜੀ, ਬਈ ਤੂੰ ਜਿਹੜੇ 5 ਲਿਖੀ ਨੇ ਨਾ, 4 ਲਿਖੀ, 4 ਲਿਖੀਆਂ ਦੀ ਪਾਲਕੀ 'ਤੇ ਚੜ੍ਹ ਕੇ ਹੈ, ਤੇਰੇ ਨਾਲ ਮੈਂ ਵਿਆਹ ਕਰਾ। ਹੁਣ ਰਾਜੇ ਮਹਾਰਾਜੇ ਨੇ ਸਤਿਗੁਰੂ ਕਹਿੰਦੇ ਨੇ ਬਈ ਜਿਹੜਾ ਰਾਜਾ ਮਹਾਰਾਜਾ ਉਹ ਸਾਧੂਆਂ ਸੰਤਾਂ ਦਾ ਸਤਿਕਾਰ ਕਰੇ, ਜੇ ਸਾਧਾ ਸੰਤਾਂ ਨੂੰ ਬਹੁਣ ਦਾ ਵਰਣਨ ਪਾਲਕੀ ਦੇ ਵਿੱਚ ਜੋੜ ਲਿਆ, ਉਹ ਰਾਜ ਕਿਵੇਂ ਰਹੂਗਾ, ਰਾਜ ਕਿਵੇਂ ਰਹੂਗਾ। ਜੇ ਸਾਧਾ ਸੰਤਾਂ ਨੂੰ ਬਹੁਤਾ ਵਰਣਨ ਪਾਲਕੀ ਦੇ ਤੋੜ ਕੇ, ਪਾਲਕੀ ਦੇ ਉੱਤੇ ਚੜ੍ਹ ਕੇ ਤੋੜ ਲਿਆ, ਜੋੜ ਲਿਆ, ਰਾਜ ਨਹੀਂ ਰਹਿ ਸਕਦਾ। ਸੋ ਉਹਨੇ ਕਹਿ ਦਿੱਤਾ ਹੰਕਾਰ ਦੇ ਵਿੱਚ ਆਏ ਹੋਏ ਨੇ ਰਾਜੇ ਨੌਖ ਨੇ 5 ਰਿਸ਼ੀ ਇਕੱਠੇ ਕਰ ਲਏ, ਉਹਨਾਂ ਦੇ ਵਿੱਚ ਇੱਕ ਭਰਤ ਸੀ, ਭਰਤ ਰਿਸ਼ੀ, ਜਿਹਦੇ ਨਾਂ 'ਤੇ ਹਿੰਦੁਸਤਾਨ ਦਾ ਨਾਂ ਭਾਰਤ ਬਣਿਆ। ਬੜਾ ਬੰਦਗੀ ਵਾਲਾ ਸੀ, ਇਹਨੂੰ ਜੜ ਭਰਤ ਕਹਿੰਦੇ ਨੇ, ਹਰੇਕ ਚੀਜ਼ ਨੂੰ ਇਹ ਜੜ ਵਾਂਗ ਸਮਝਦਾ ਸੀ, ਇੰਨੀ ਬੰਦਗੀ ਸੀ ਇਹ। ਸੋ ਇਹਨੂੰ ਵੀ ਫੜ ਕੇ ਜੋੜ ਲਿਆ ਮੂਹਰੇ ਪਾਲਕੀ ਦੇ ਉੱਤੇ, ਇਹ ਇੱਕ ਪੈਰ ਮੂਹਰੇ ਤੋੜ ਲਿਆ ਕਰੇ, ਇੱਕ ਪੈਰ ਪਿੱਛੇ ਤੋੜ ਲਿਆ ਕਰੇ। ਹੁਣ ਉਹਦੇ ਮਨ ਦੇ ਵਿੱਚ ਪਾਪ ਮਨ ਦੇ ਵਿੱਚ ਆ ਵੀ ਕੱਲ੍ਹ ਮੈਂ ਰਾਣੀ ਨੂੰ ਜਾ ਕੇ ਵਿਆਹ ਵਾਂ, ਕੱਲ੍ਹ ਮੌਜਾਂ ਕਰਾਂ,
ਇੱਕ ਪੈ ਅੱਗੇ ਕਰੋ ਇੱਕ ਪਿੱਛੇ ਪੜ ਲਵੇ ਇਹਨੇ ਕੀ ਕੀਤਾ ਲੱਤ ਗੱਡੀ ਪਾਰਕਿੰਗ ਤੋਂ ਬਾਹਰ ਦੇ ਜ਼ੋਰ ਨਾਲ ਲੱਤ ਭੱਤ ਦੇ ਮਾਰੀ ਤੇ ਸਰਪ 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 ਦਾ ਮਤਲਬ ਸੰਸਕ੍ਰਿਤ ਦੇ ਵਿੱਚ ਤੇਜ ਤੇਜ ਤੋਂ ਤੇਜ ਤੇ ਭੱਤ ਦੇ ਮੂੰਹ ਦੇ ਵਿੱਚੋਂ ਬਚਨ ਨਿਕਲਿਆ ਉਹਦੇ ਲੱਤ ਵੱਜੀ ਉਹਦੇ ਵਿੱਚ ਸਹਿ ਸਵਾਲ ਦੇ ਮੂੰਹ ਦੇ ਵਿੱਚੋਂ ਰਿਖੀ ਦੇ ਵਿੱਚ ਬਚਨ ਨਿਕਲਿਆ ਵੀ ਮੈਂ ਵੀ ਸਰਪ ਬਣਦਾ ਸਰਪ ਸੂਰ ਨਹੀਂ ਬਣਦਾ ਉਹਨੇ ਸਰਪ ਦਾ ਸਿੱਧਾ ਹੀ ਅੱਖ ਬਣਾ ਦਿੱਤਾ ਪਾਲਕੀ ਦੇ ਵਿੱਚੋਂ ਨਿਕਲ ਕੇ ਆ ਕੇ ਧਰਤੀ ਦੇ ਉੱਤੇ ਡਿੱਗਿਆ ਤੇ ਇਹ ਸੱਪ ਦੀ ਜੂਨ ਦੇ ਵਿੱਚ ਰਿਹਾ ਰਾਜੇ ਇੰਦਰ ਦੀ ਪਦਵੀ ਤੋਂ ਸੱਪ ਦੀ ਜੂਨ ਦੇ ਵਿੱਚ ਆ ਕੇ ਭਟਕਦਾ ਰਿਹਾ ਇਹ ਹਾਲ ਹੁੰਦਾ ਹੈ ਸੋ ਵਿਪਰੀਤ ਬੁੱਧਿਆਂ ਮਾਰਤ ਲੋਕਾਂ ਨਾਨਕ ਚਿਰੰਕਾਲ ਦੁੱਖ ਭੋਗੋ ਇੰਨੇ ਦੁੱਖ ਬੰਦੇ ਨੂੰ ਭੋਗਣੇ ਪੈਂਦੇ ਹਨ ਜੇ ਇੱਥੇ ਆ ਕੇ ਧਰਮ ਤੋਂ ਉਲਟ ਕਰਮ ਕਰਨ ਲੱਗ ਜਾ ਰਾਜ ਭਾਸ਼ਾ ਮਨੁੱਖ ਦੀ ਜੂਨ ਤਾਂ ਕੀ ਮਿਲਣੀ ਤੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਕਿ ਇਹਦਾ ਰਾਜ ਭਾਗ ਥੋੜੇ ਚਿਰ ਦਾ ਹੈ ਅਸੀਂ ਲੱਭਦੇ ਫਿਰਦੇ ਹਾਂ ਵੀ ਇਸ ਠੀਕਰੇ ਦਾ ਕੋਈ ਵਪਾਰੀ ਹੋਵੇ ਸਾਨੂੰ ਇਹ ਵਪਾਰੀ ਚੰਗਾ ਮਿਲਿਆ ਥੋੜਾ ਚਿਰ ਸੰਗਤ ਨੂੰ ਦਰਸ਼ਨ ਦੇ ਕੇ ਦਰਸ਼ਨ ਗੁਰੂ ਨਾਨਕ ਮਹਾਰਾਜ ਦਾ ਜਿਹੜਾ ਉਪਦੇਸ਼ ਹੈ ਇਹਨੂੰ ਦ੍ਰਿੜ ਕਰਾ ਕੇ ਅਸੀਂ ਇਹ ਠੀਕਰਾ ਇਹਦੇ ਸਿਰ ਤੋਂ ਲੜ ਜਾਣਾ ਸੋ ਤੁਸੀਂ ਦੇਖੋ ਇਹ ਤਮਾਸ਼ਾ ਜਗਤ ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਮਾਣਿਆ ਸਹਿਬ ਅਲੀ ਉਦੋਂ ਪਟਿਆਲਾ ਵਸਿਆ ਨਹੀਂ ਸੀ ਸਹਿਬ ਦੀਨ ਸੀ ਜਿਹੜਾ ਇਹ ਸਤਿਗੁਰੂ ਦੇ ਇਹ ਪਠਾਨ ਸੀ ਰਮਦੇਵ ਦਾ ਰਿਸ਼ਤੇ ਦੇ ਵਿੱਚ ਮਾਮਾ ਲੱਗਦਾ ਸੀ ਪਿਛਲੀ ਵਾਰੀ ਆਪਾਂ ਕਥਾ ਤਰਨ ਕੀਤੀ ਸੀ ਇਹਨੂੰ ਇਹ ਪਟਿਆਲੇ ਦੀ ਉਜੜੀ ਹੋਈ ਕੰਨਣ ਵਾਲੀ ਧਰਤੀ ਇਹਨੇ ਦੇਖ ਕੇ ਬਜ਼ਾਰਤ ਦੇ ਵਿੱਚੋਂ ਵੱਖ ਕਰ ਦਿੱਤਾ ਅਤੇ ਇਹ ਇੱਥੇ ਰਹਿ ਕੇ ਬੰਦਗੀ ਦੇ ਵਿੱਚ ਮਸਰੂਫ ਰਿਹਾ ਬੰਦਗੀ ਕਰਨ ਵਾਲਾ ਮਹਾਂਪੁਰਖ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ ਮਹਾਰਾਜ ਨੇ ਇਹਦਾ ਜਨਮ ਮਰਨ ਕੱਟਿਆ ਇਹ ਬੰਦਗੀ ਦੇ ਵਿੱਚ ਲੀਨ ਹੋ ਗਿਆ ਸੋ ਜਦੋਂ ਮਹਾਰਾਜ ਸਮਾਣੇ ਗਏ ਸਮਾਣਾ ਜਿਹੜਾ ਸ਼ਹਿਰ ਹੈ ਇਹਦੇ ਵਿੱਚ ਵੱਡੇ ਵੱਡੇ ਖਾਨ ਰਹਿੰਦੇ ਸਨ ਗਲੀਆਂ ਬਣਾਈਆਂ ਹੋਈਆਂ ਸਨ ਇਹਨਾਂ ਦੀਆਂ ਜੇ ਕੋਈ ਇਲਾਕੇ ਦੇ ਵਿੱਚੋਂ ਇਹਨਾਂ ਨੇ ਪਾਪ ਕਰਨੇ ਵੱਡੇ ਵੱਡੇ ਅਮੀਰ ਸਨ ਚੌਧਰੀ ਵੱਡੇ ਵੱਡੇ ਨਵਾਬਾਂ ਨਾਲ ਮਹਾਰਾਜਿਆਂ ਨਾਲ ਇਹਨਾਂ ਦੀ ਬਣੀ ਹੋਈ ਅਤੇ ਵੱਡੀਆਂ ਵੱਡੀਆਂ ਗਲੀਆਂ ਗਲੇ ਬਣਾਏ ਹੋਏ ਉਹਨਾਂ ਦੇ ਵਿੱਚ ਰਹਿੰਦੇ ਸਨ ਜੇ ਕੋਈ ਇਹਨਾਂ ਦੇ ਉੱਤੇ ਹਮਲਾ ਕਰੇ ਕਿਸੇ ਦੀ ਧੀ ਭੈਣ ਚੱਕ ਲਿਆਉਣੀ ਪਾਪ ਕਰਨਾ ਇਹਨਾਂ ਨੇ ਆ ਕੇ ਗਲੀ ਦੇ ਵਿੱਚ ਲੁਕ ਜਾਣਾ ਜੇ ਕਿਸੇ ਨੇ ਆ ਕੇ ਗਲੀ ਦੇ ਉੱਤੇ ਹਮਲਾ ਕਰਨਾ ਤਾਂ ਆਲੇ ਦੁਆਲੇ ਫੌਜ ਰੱਖੀ ਹੋਈ ਸੀ ਉਹਨਾਂ ਮਾਰ ਦਿੰਦੇ ਸੀ ਬਹੁਤ ਦੁਖੀ ਲੋਕ ਆਲੇ ਦੁਆਲੇ ਸਮਾਣੇ ਦੇ ਆਲੇ ਦੁਆਲੇ ਦੇ ਲੋਕ ਬਹੁਤ ਦੁਖੀ ਸਨ ਇਹਨਾਂ ਪਠਾਣਾ ਸੋ ਪਰ ਭਲੇ ਵੀ ਦੁੱਖ ਬੰਦੇ ਹੁੰਦੇ ਨੇ ਇਹਨਾਂ ਦੇ ਵਿੱਚ ਉਸ ਜਦੋਂ ਗੜੀ ਸਮਾਣੇ ਦੇ ਵਿੱਚ ਗਏ ਇੱਥੇ ਦੇ ਹੀ ਸ਼ਾਸਕ ਦੇ ਵਾਸੁਦੇਵ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦਾ ਸਾਹਿਬਜ਼ਾਦੇ ਕਤਲ ਕੀਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਕਾਤਲ ਵੀ ਇੱਥੇ ਹੀ ਸਨ ਸੋ ਜਦੋਂ ਮਹਾਰਾਜ ਇੱਥੇ ਗਏ ਹਨ ਤਾਂ ਇੱਥੇ ਦਾ ਇੱਕ ਪਠਾਨ ਜਦੋਂ ਮਹਾਰਾਜ ਨੇ ਬਾਹਰ ਜਾ ਕੇ ਡੇਰਾ ਲਾਇਆ ਇਹ ਪਠਾਨ ਸਹਿਬ ਦੀਨ ਦੇ ਕੋਲ ਪਟਿਆਲੇ ਨਮਸਕਾਰ ਕਰਨ ਗਿਆ ਸੀ ਉਹਨੂੰ ਮਿਲਣ ਗਿਆ ਸੀ ਸਹਿਬ ਦੀਨ ਅਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨ ਕੀਤੇ ਇਹਦਾ ਚਿੱਤ ਪਗਲ ਗਿਆ ਵੀ ਇਹ ਪੂਰਨ ਪਦ ਤੇ ਪਹੁੰਚੇ ਹੋਏ ਜਦੋਂ ਦੇਖਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਬੈਠੇ ਨੇ ਇਹਨੇ ਆ ਕੇ ਚਰਨਾਂ ਦੇ ਪੰਜ ਸਿੰਘ ਸਨ ਮਹਾਰਾਜ ਦੇ ਨਾਲ ਉਸ ਵੇਲੇ ਬਾਕੀ ਸਾਰੇ ਮੋੜ ਦਿੱਤੇ ਸਨ ਅਤੇ ਜਾ ਕੇ ਚਰਨਾਂ 'ਤੇ ਨਮਸਕਾਰ ਕੀਤੀ ਵੀ ਗੁਰੂ ਦੇਵ ਤੁਸੀਂ ਮੈਂ ਤੁਹਾਡੇ ਸਹਿਬਦੀਨ ਦੇ ਨਾਲ ਉਹਨਾਂ ਦੀ ਸੰਗਤ ਵਿੱਚ ਦਰਸ਼ਨ ਕੀਤੇ ਹਨ ਮੇਰੇ ਦਿਲ 'ਤੇ ਬੜੀ ਠੰਡ ਪਈ ਹੈ ਜੇ ਤੁਸੀਂ ਮੇਰੇ ਉੱਤੇ ਤਰਸ ਕਰੋ ਤਾਂ ਮੇਰੀ ਗੜੀ ਦੇ ਵਿੱਚ ਆ ਜਾਓ ਉੱਥੇ ਆ ਕੇ ਚਰਨ ਪਾਓ ਮੈਨੂੰ ਸੇਵਾ ਦਾ ਮੌਕਾ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਹਦਾ ਪਿਆਰ ਦੇਖਿਆ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਇਹਨੂੰ ਗਲੀ ਦੇ ਵਿੱਚ ਚਲੇ ਗਏ ਗਲੀ ਦੇ ਅੰਦਰ ਜਾ ਕੇ ਇਹਨੇ ਸਤਿਗੁਰੂ ਨੂੰ ਨਿਵਾਸ ਦਿੱਤਾ ਅਤੇ ਕੁਦਰਤ ਵਰਸ ਜਿਹੜਾ ਸਮਾਣਾ ਸੀ ਸਮਾਣੇ ਦੇ ਵਿੱਚ ਜਿਹੜੀ ਸੂਹੀਆ ਪੁਲਿਸ ਸੀ ਰੰਗਦੇਵ ਦੀ ਉਹ ਹੜ ਹੜ ਕਰਦੀ ਕਰਦੀ ਕਿਉਂਕਿ ਚਾਰ ਮਹੀਨੇ ਦਾ ਸਮਾਂ ਸੀ ਜਿਹੜਾ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਚਮਾਸਾ ਕੱਟ ਕੇ ਮੀਂਹ ਪੈਂਦਾ ਮੀਂਹ ਤੋਂ ਬਾਅਦ ਅਸੀਂ ਆਪੇ ਦਿੱਲੀ ਤੇਰੇ ਪੇਸ਼ ਹੋ ਜਾਵਾਂਗੇ ਮਹਾਰਾਜ ਆਪਣੀ ਮੌਜ ਦੇ ਵਿੱਚ ਫਿਰ ਰਹੇ ਨੇ ਰੰਗਦੇਵ ਨੇ ਫਿਰ ਬੈਠੇ ਨੇ ਸੈਨਾ ਭੇਜ ਦਿੱਤਾ ਵੀ ਇੱਥੇ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚਦੇ ਨਹੀਂ ਸਾਡਾ ਕੰਮ ਰੁਕਿਆ ਪਿਆ ਉਹਨੇ ਆਲੇ ਦੁਆਲੇ ਐਲਾਨ ਕਰ ਦਿੱਤਾ ਜਿਵੇਂ ਬਰੰਟ ਕੱਢ ਦਿੱਤੇ ਹੁੰਦੇ ਨੇ ਨਾ ਅਤੇ ਉਹ ਭੇਜ ਕੇ ਦਰਬਾਰ ਸਾਹਿਬ ਸਾਰਾ ਦੁਆਬਾ ਗਾਹ ਤੱਕ ਪੁਲਿਸ ਨੇ ਜਿਹੜੀ ਸੀ ਆਈ ਡੀ ਸੀ ਅਤੇ ਹਰਿਮੰਦਰ ਸਾਹਿਬ ਜਿੰਨੇ ਮਸੰਤ ਸਨ ਉਹਨਾਂ ਸਾਰਿਆਂ ਨੂੰ ਜਾ ਕੇ ਪੁੱਛਿਆ ਗੁਰੂ ਤੇਗ ਬਹਾਦਰ ਮਹਾਰਾਜ ਕਿੱਥੇ ਨੇ ਜੇ ਕਿਸੇ ਦੇ ਘਰ ਹੋਏ ਉਹ ਫੜ ਕੇ ਪੀੜਦੇ ਨੇ ਬਾਦਸ਼ਾਹ ਨੇ ਮਸੰਤ ਵਿਚਾਰੇ ਡਰੇ ਹੋਏ ਸਿੱਖ ਡਰੇ ਹੋਏ ਸਾਰੇ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਕਿ ਇਹ ਸਾਰਿਆਂ ਨੂੰ ਤੰਗ ਨਾ ਕਰੇ
ਸੋ ਪਤਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਤਾ ਕਿਸੇ ਨੂੰ ਲੱਗੇ ਨਾ। ਸੋ ਕਿਸੇ ਨੇ ਇਹ ਪਠਾਨ ਜੀ ਦੇ ਘਰ ਸੀ ਮਹਾਰਾਜ, ਇਹ ਨਿਕਲ ਕੇ ਗਲੀ ਦੇ ਵਿੱਚ ਬਾਹਰ ਜਾਣ ਲੱਗਿਆ ਤਾਂ ਬਹੁਤ ਪਠਾਣਿਆਂ ਨੇ ਗੱਲ ਪੁੱਛੀ। ਕੁਦਰਤੀ ਉਹੀ ਸੀ ਜਿਹੜੇ ਸੂਹੀਏ ਸੀ, ਉਹ ਕਹਿੰਦੇ ਵੀ ਸਰਦਾਰ ਖਾਨ ਸਾਹਿਬ ਨਵੀਂ ਗੱਲ ਸੁਣਾ, ਕੋਈ ਨਵੀਂ ਗੱਲ ਕਹਿੰਦਾ ਮੇਰੇ ਕੋਲ ਤਾਂ ਕੋਈ ਨਹੀਂ, ਤੁਸੀਂ ਸੁਣਾਓ। ਉਹ ਕਹਿਣ ਲੱਗਾ ਵੀ ਗੁਰੂ ਤੇਗ ਬਹਾਦਰ ਗੁਰੂਆਂ ਦਾ ਗੁਰੂ ਹੈ ਜਿਹੜਾ ਸਿੱਖਾਂ ਦਾ, ਛੋਟੀ ਖਾਨਦਾਨ ਦੇ ਵਿੱਚੋਂ ਉਹਦੇ ਖਾਤਰ ਗ੍ਰੰਥ ਕੱਢੇ ਹੋਏ ਨੇ ਬਾਦਸ਼ਾਹ ਨੇ, ਉਹਨੂੰ ਫੜਨ ਖਾਤਰ ਅਸੀਂ ਖੜਦੇ। ਇਹ ਤਹਿਲ ਗਿਆ, ਮੇਰੇ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਬੈਠੇ ਨੇ, ਇਹ ਗ੍ਰੰਥ ਕੱਢੀ ਫਿਰਦੇ ਨੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਇਹ ਤਾਂ ਬੜਾ ਕੰਮ ਔਖਾ ਹੋਇਆ। ਉੱਥੋਂ ਹੀ ਇਹਨੇ ਬਲ ਦੇ ਕੇ ਘਰ ਨੂੰ ਚਲੇ ਗਿਆ ਅਤੇ ਘਰ ਜਾ ਕੇ ਚਰਨਾਂ 'ਤੇ ਮਹਾਰਾਜ ਜੀ ਨਮਸਕਾਰ ਅਤੇ ਉਹ ਪੁੱਛਦੇ ਫਿਰਦੇ ਨੇ, ਚੁੱਪ ਕਰ ਗਿਆ ਨੇ ਬੋਲਿਆ ਨੇ ਅਤੇ ਉਹ ਪੁੱਛਦੇ ਫਿਰਦੇ ਨੇ ਕਿੱਥੇ। ਕਿਸੇ ਬੰਦੇ ਨੇ ਦੱਸਤਾ ਵੀ ਫਲਾਨਾ ਜਿਹੜਾ ਬੰਦਾ ਹੈ ਖਾਨ, ਕੱਲ੍ਹ ਸ਼ਾਮ ਅਸੀਂ 5 ਘੋੜ ਸਵਾਰ ਦੇਖੇ ਨੇ, ਪਹਿਲਾਂ ਡੇਰਾ ਬਾਹਰ ਸੀ ਉਸ ਗੜੀ ਦੇ ਅੰਦਰ ਲੈ ਗਿਆ ਵੀ ਅੱਜ ਰਾਤ ਨੂੰ ਸ਼ਹਿਰ ਉੱਥੇ ਰਹਿਣ ਤਗੜਾ ਹੀ ਰੱਖਿਓ, ਕੱਲ੍ਹ ਨੂੰ ਸ਼ਹਿਰ ਹਨੇਰੇ 'ਚ ਨਿਕਲ ਕੋਈ ਪਤਾ ਰੱਖਿਓ। ਜਿੰਨੇ ਇਹ CID ਵਾਲੇ ਸੀ ਸਾਰਿਆਂ ਨੂੰ ਤਕੜੇ ਕਰ ਦਿੱਤਾ ਗਿਆ ਇਹਨਾਂ ਦੇ ਮੁਖੀ ਨੇ ਕਿ ਆਲੇ ਦੁਆਲੇ ਘੇਰਾ ਪਾ ਲਓ ਸਮਾਣੇ ਦੇ, ਕੋਈ ਬੰਦਾ ਆ ਰਿਹਾ ਕੋਈ ਜਾ ਰਿਹਾ, ਜਦੋਂ ਨਿਕਲੇ ਤਾਂ ਉਸ ਵੇਲੇ ਫੜ ਲੈਣਾ ਕਿਉਂਕਿ ਇਨਾਮ ਬੜਾ ਵੱਡਾ ਰੱਖਿਆ ਹੋਇਆ। ਜੇ ਅਸੀਂ ਫੜ ਕੇ ਹਾਜ਼ਰ ਕਰਤਾ ਦਿੱਲੀ ਦੇ ਵਿੱਚ ਤਾਂ ਸਾਡਾ ਨਾਮ ਬੜਾ ਵੱਡਾ ਹੋ ਜਾਵੇ। ਸੋ ਇਹਨਾਂ ਨੇ ਤਕੜਾਈ ਰੱਖੀ, ਸਾਰੀ ਰਾਤ ਤਕੜਾਈ ਰੱਖੀ ਅਤੇ ਰਾਤ ਨੂੰ ਇਹ ਕੱਲੀ ਕੱਲੀ ਗੜੀ ਦੇ ਵਿੱਚ ਪਾਉਂਦੇ ਫਿਰਦੇ। ਜਿਹਨਾਂ ਨੂੰ ਸ਼ੰਕਾ ਸੀ ਵੀ ਇੱਥੇ ਤੇਗ ਬਹਾਦਰ ਮਹਾਰਾਜ ਹੈ ਨੇ, ਉਸ ਗੜੀ ਦੇ ਮੂਹਰੇ ਜਾ ਰਹੇ ਅਤੇ ਜਾ ਕੇ ਕਹਿਣ ਲੱਗੇ ਜਾ ਕੇ ਵੀ ਇਸ ਗੜੀ ਦੇ ਅੰਦਰ ਅਸੀਂ ਚਲਾਸੀ ਲੈਣੀ। ਜਿਹੜਾ ਪਠਾਨ ਸੀ ਉਹ ਕਹਿਣ ਲੱਗਿਆ ਵੀ ਤੁਹਾਡਾ ਦਿਮਾਗ ਕਿਹੜਾ ਹੋ ਕੇ ਐਡਾ ਸਿਲਕਵਾਨ ਸੀ, ਇਹ ਕਿਹੜਾ ਹੋ ਕੇ ਕਹਿਣ ਲੱਗਿਆ ਕਿ ਤੁਸੀਂ ਤੁਹਾਡਾ ਦਿਮਾਗ ਠੀਕ ਹੈ, ਤੁਸੀਂ ਹਿੰਦੂਆਂ ਦੇ ਘਰ ਦੇ ਵਿੱਚ ਆਇਆ ਕਿ ਪਠਾਣਾ ਦੇ ਘਰ ਦੇ ਵਿੱਚ ਆਇਆ, ਮੇਰੀ ਗੱਲ ਕਿਹੜੀ ਦੀ ਦਾਸ ਸੀ ਕਦੇ ਰਹਿਣੀ, ਤੁਸੀਂ ਮੇਰੀ ਬੇਇੱਜ਼ਤੀ ਕਰਦੇ ਹੋ। ਜੇ ਇਕਲਾ ਸੀ ਵੀ ਇਹਨੂੰ ਅੱਗੇ ਬੋਲਿਆ ਨਾ ਤਾਂ ਮੈਂ ਤਲਵਾਰ ਕੱਢ ਕੇ ਤੁਹਾਡੇ ਨਾਲ ਜੰਗ ਕਰਾਂਗਾ, ਬੇਇੱਜ਼ਤੀ ਕਰਨਾ ਮੇਰੀ ਘਰ ਮੇਰੀ ਕਿਹੜੀ ਤਲਾਸ਼ੀ ਕਿਉਂ ਲੈਣੀ। ਪਠਾਣ ਦੀ ਬੇਇੱਜ਼ਤੀ ਕਰਨ ਲੱਗਿਆ ਤੁਸੀਂ, ਅਸੀਂ ਮਰ ਜਾਂਦੇ ਹੁੰਦੇ। ਉਹ ਤਾਂ ਇੰਨੇ ਕਿਹੜੇ ਬੋਲ ਸੁਣ ਕੇ ਜਿਹੜੀ CID ਵਾਲੇ ਸੀ ਉਹ ਤਾਂ ਤੁਰ ਗਏ ਸਨ। ਅਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਤੇ ਜਾ ਕੇ ਨਮਸਕਾਰ ਕੀਤੀ, ਮਹਾਰਾਜ ਨੇ ਇਹਦਾ ਚਿਹਰਾ ਦੇਖਿਆ, ਮਹਾਰਾਜ ਨੂੰ ਮੁਸਕਰਾ ਪਾਈ, ਕਹਿੰਦੇ ਸਰਦਾਰ ਖਾਨ ਸਾਹਿਬ ਕਿਵੇਂ ਹੈ, ਕਹਿੰਦਾ ਮਹਾਰਾਜ ਆਹ ਗੱਲ ਹੋਈ ਸੀ ਵੀ ਆਪ ਨੂੰ ਤਲਾਸੀ ਲੈਣ ਖਾਤਰ ਆਏ ਸੀ, ਕਿਸੇ ਨੇ ਸੂਹ ਦੇ ਦਿੱਤੀ ਹੈ ਵੀ ਤੁਸੀਂ ਅੰਦਰ ਆਓ, ਪਰ ਮੈਂ ਤਲਵਾਰ ਦੇ ਉੱਤੇ ਖੇਡ ਜਾਣਾ ਸੀ ਅਤੇ ਘਰ ਜਿਹੜੇ ਘਰ ਮੇਰੇ ਵਿੱਚ ਆਪ ਜੀ ਨੇ ਚਰਨ ਪਾਏ ਨੇ ਮੈਨੂੰ ਮਾਣ ਬਖਸ਼ਿਸ਼ ਕੀਤਾ ਹੈ, ਮੈਨੂੰ ਜ਼ਿੰਦਗੀ ਨਹੀਂ ਚਾਹੀਦੀ, ਮੈਨੂੰ ਆਪ ਦੀ ਕਿਰਪਾ ਚਾਹੀਦੀ, ਬਖਸ਼ਿਸ਼ ਚਾਹੀਦੀ। ਮਹਾਰਾਜ ਇੰਨੇ ਪ੍ਰਸੰਨ ਹੋਏ ਇਹਦੇ ਉੱਤੇ, ਇਹਨੂੰ ਸਾਫ ਸਾਫ ਕਹਿ ਕੇ ਬੰਦ ਰਿਹਾ, ਤੈਨੂੰ ਤੇਰਾ ਜੀਵਨ ਮੁਕਤ ਹੋਇਆ ਅਤੇ ਜ਼ਿੰਦਗੀ ਤੇਰੀ ਆਉਣ ਵਾਲੀ ਹੈ, ਤੈਂ ਇਹ ਸੇਵਾ ਕੀਤੀ ਗੁਰੂ ਨਾਨਕ ਦੇ ਦਰਜੀ, ਆਉਣ ਵਾਲੀ ਜ਼ਿੰਦਗੀ ਹੈ ਤੇਰੀ ਉਹ ਸੁਖੀ ਬਤੀਤ ਹੋਵੇਗੀ, ਮਰ ਲੱਗੇ ਵੀ ਤੈਨੂੰ ਸੂਈ ਜਿਹਨਾਂ ਦੀ ਦਰਦ ਨਹੀਂ ਹੋਵੇਗਾ, ਤੈਨੂੰ ਅੱਲਾ ਯਾਦ ਰੱਖੇ। ਇਹਨੇ ਵਰ ਪਾ ਕੇ ਇੰਨਾ ਪ੍ਰਸੰਨ ਹੋਇਆ ਅਤੇ ਸਤਿਗੁਰੂ ਨੇ ਇਹਨੂੰ ਪ੍ਰਸੰਨਤਾ ਦਿੱਤੀ, ਇਸ ਦੇ ਇਹਨੇ ਵਿਦਾ ਕੀਤਾ ਸਤਿਗੁਰੂ ਜੀ ਨੂੰ, CID ਵਾਲਿਆਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਿਆ। ਸੋ ਸਤਿਸੰਗਤ ਇੱਕ ਗੱਲ ਦੇਖਣ ਵਾਲੀ ਹੈ, ਮੁਸਲਮਾਨਾਂ ਦਾ ਰਾਜ ਹੋਵੇ ਅਤੇ ਮੁਸਲਮਾਨ ਨੇ ਜਿਹੜੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਸੇਵਾ ਸਿਰ ਤਲੀ ਕਰਕੇ ਕਰ, ਕਿੱਡੀ ਵੱਡੀ ਵਡਿਆਈ ਹੈ। ਅਤੇ ਸਿੱਖਾਂ ਦੇ ਵਿੱਚ ਦੇਖ ਲਓ, ਸਿੱਖਾਂ ਦੇ ਹੁਣ ਦੇਖੋ ਵੀ ਸਿੱਖ ਸਰਦਾਰ ਕੀ ਕਰਦੇ ਨੇ, ਧੰਨ ਦੌਲਤ ਖਾਤਰ, ਅਹੁਦਿਆਂ ਖਾਤਰ, ਆਪਣਿਆਂ ਦੀ ਬਦਨਾਮੀ ਕਰਨੀ, ਆਪਣਾ ਨਾਸ਼ ਆਪ ਹੀ ਕਰਾਈ ਜਾਣਾ, ਇਹ ਹਾਲਤ ਸਾਡੇ ਬਣੇ। ਸੋ ਅੱਗੋਂ ਸਤਿਗੁਰੂ ਜੀ ਉੱਥੇ ਦੁਨੀਆਂ ਨੂੰ ਲੋਕਾਂ ਨੂੰ ਤਾਰ ਦੇ ਵਿੱਚ ਰਹੇ ਨੇ, ਅੱਗੇ ਕੀ ਘਟਨਾ ਇਹ ਵੱਡੇ ਵੱਡੇ ਜਿਹੜੇ ਵੱਡੇ ਵੱਡੇ ਤਾਰੇ ਹਨ ਸਤਿਗੁਰੂ ਦੇ, ਵੱਡੀਆਂ ਵੱਡੀਆਂ ਘਟਨਾਵਾਂ ਹਨ, ਉਹ ਆਪ ਨੂੰ ਨਜ਼ਾਬ ਕਰਾ ਰਹੇ ਹਨ। ਠੀਕ ਹੈ, ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ, ਉਹ ਅਨੰਦਪੁਰ ਸਾਹਿਬ ਪਹੁੰਚਿਆ ਅਤੇ ਮਾਤਾ ਪਿਤਾ ਕੋਈ ਨਹੀਂ ਸੀ, ਉਹਨੂੰ ਖਾਣ ਨੂੰ ਰੋਟੀ ਵੀ ਨਹੀਂ ਸੀ ਮਿਲਦੀ, ਨਾ ਕੋਈ ਸਾਂਭਣ ਵਾਲਾ ਨਹੀਂ। ਉੱਥੇ ਸਤਿਗੁਰੂ ਜੀ ਨੇ ਨਮਸਕਾਰ ਕੀਤੇ, ਮਹਾਰਾਜ ਦੀ ਨਿਗਾਹ ਚੜ੍ਹ ਗਿਆ, ਮਹਾਰਾਜ ਨੇ ਉਹਨੂੰ ਘੋੜਿਆਂ ਦੀ ਸੇਵਾ ਦਿੱਤੀ, ਇਹਦਾ ਨਾਮ ਭਾਈ ਦਲੌਰਾ ਸੀ। ਘੋੜਿਆਂ ਦੀ ਸੇਵਾ ਦਿੱਤੀ, ਘੋੜਿਆਂ ਦੀ ਲਿੰਦ ਚੱਕਦਾ ਰਿਹਾ, ਘੋੜਿਆਂ ਦੀ ਸੇਵਾ ਖਰਖੜਾ ਕਰਦਾ ਰਿਹਾ,
दाना पानी पाता रहा जवान हो गया जवान होके जो अपने पिंड दोबारा गया कोई रिश्ते चो भरा रखता जी उन्हें पछाण लिया तू कि कहना मैं आह गल कही मैं रोता फिरता से गुरु कहते घर चले गया गुरु दरबार दिन उतो मैं बख्शिश मिली मैं तो उत्थे बड़ा होया वह कहना चल मैं भी गुरु कह दर्शन कर लिया गुरु तेग बहादुर महाराज के दर्शन कर गया कहते भी तू कौन है कहना जी मैं रिश्ते चो भरा रखना गुरु जी कहते इन सामभ आज तुम कहना महाराज भाणा ही ऐसा सी खोनी ऐसी थी सू पता ही नहीं लगे तो जो हुक्म आप जी का हम हो आपकी शरण शरण आए हाँ कहते वो कर आ चक पैसे सतगुरु ने पैसे दिते भी यहाँ ब्याह कर ब्याह करके ब्याह दे सुख लवे ब्याह कर दिता ब्याह करके वह अपने घर के रहने लग्या सिखी के परिपक् हो लग्या सतगुरु के चरणों की सेवा की उसने गुरु तेग बहादुर महाराज ने दान दिता उस इलाके की मसंदी बख्शी हांसी ते हिसार दा इलाका जिहड़ा उस इलाके दे विच रंगड़ अर राजपूत ये रहिंदे सन इन्हां सारिआं दे विच ये फिरदा सिखां दे विचों माया उड़ा के गुरु घर भेजदा सी ते सेवा करदा रहिंदा ते जदों इत्थे चीके पिंड गए ने महाराज तां इस इहदे घर दे विच इहने सेवा कीती महाराज नूं घर दे विच लिआंदा ते रज के इसने सेवा की थी। गुरु तेग बहादुर महाराज ने मथा देखा इसका तो अपने पत्थे के विचों तीर कढ़े नवा पत्था तीर का इन देख के कहन लगे कि आ साम तीर गुरु नानक ने दर की रज के सेवा करी जे धर्म के अनुसार चलेगा गुरु नानक पातशाह सारिया पातशाह कर जे धर्म तो उल्ट तुर पिया ना धर्महीन हो गया फिर तेरी जान को भी खतरा है तेरी मंस है जी भी रोटी पानी नहीं मिलती दरिद्र पै गई चेतावनी देती गुरु तेग बहादुर साहब सच्चे पातशाह की किया महाराज के चरणों में नमस्कार की सेवा करना लगातार सेवा करना जिहड़ा दसवंध है वह पढ़ता रहा पर ज्यों ज्यों पैसा कोल आया माया कोल आई मंस मत बदल गई जिनी बाणी आप पढ़ते हैं गुरु का लंगर करते हैं जे तक पाठ करते रहिए सिमरन करते रहिए जे तो मत रही है खाने जे जे झाक पै जाए किसी चीज की ना फिर माड़ी भाई साहब भाई गुरदास जी ने जी साहब जी ने तो इन्ना इन्नी कड़ी ताली दिखती है कि धर्मसाल की झाक है विहो खंडू पाठ जे किसी गुरु नानक के घर की जी धर्मसाल है गुरद्वारा है जोड़ा इस गुरद्वरे के किसी चीज़ का भी लाहा मात्र झाक भी है ना लैना तो एक पास हजे कोई झाक भी आ करूँगी जो गुरुद्वारे मैं चलिया जावा तो मैनू मेरा व्यापार चंगा करूँ मैं लाहा थोड़ा जहा ले लूँ झाक है पाप की झाक के नाल आए तो कहें इवें है जिमें खंड ब्यों के लपेटी हो खंड है जी जी ब्यो है खंड के लपेटी हो गई उसको खा के जी जहर है जहर जहर ही है पर मिठी लगती पर पिछों जहर है खत्म कर देगी मार देगी तो यही गल इस दौरे हुई सोना मोहर इकट्ठिया कर लग गया मोहर इकट्ठिया कर चक्कर पिया इन्हें घर पा लिया मोहर पर देखो किस्मत कैसी जेडे लंगड़ आ राजपूत सन उन्होंने आप उस लग गई हांसिया जे रंगड़ से जाट सन उन्होंने आपस के दोनों की लगती थी ये दोनों के फिर जाता सी पर उन्होंने पता थी भी यह पीर राखा है ये गुरु वाला है दोए कुछ नहीं कह दोवे की गल मान लेते सर विश्वास करते सन ये पर घर वाली जी थी ये घर वाली इन्नी सीधी साधी सी पता ही नहीं लाभ की है पैदा की नाल कोई ब्राह्मण का घर तो ब्राह्मणी तेज बहुत थी एक दिन उन्होंने देखा भी सोना है ना बड़ा सोना खाते पीते बड़ा ने घर बड़ा सोना इन्हों का उन्हें देखा भी सोच के देखिए भी कि पैसा इन्होंने वो कह लगी कि जोड़ा साढ़े घर मेरे मेरे घर वाले ने पंडित ने बड़ी मोहर रखी मोहर छत के उत्ते लग के हवा लवा जी उसी लग जाती है सोना गल जाता वो यदि गलों के विचार
ਉਹਨੇ ਕੀ ਕੀਤਾ ਜਿੰਨੇ ਗਾਗਰ ਪਈ ਹੋਈ ਸੋਨੇ ਦੀ ਚਾਕੀ ਉੱਤੇ ਰੱਖੀ ਕਹਿੰਦੀ ਮੇਰੇ ਨਾਲ ਚੁਕਾ ਕੇ ਤੂੰ ਖਾ ਉੱਤੇ ਰਖਾਤੀ ਮੰਜੇ ਦੇ ਉੱਤੇ ਕੌਲੀ ਨੇ ਸੁੱਕਣੀ ਪਾ ਦਿੱਤੀ ਸੋਨੇ ਦੀਆਂ ਮੋਹਰਾਂ ਮੰਜੇ ਦੇ ਉੱਤੇ ਸੁੱਕਣੀਆਂ ਪਾ ਦਿੱਤੀ ਤੇ ਕਹਿੰਦੀ ਹੁਣ ਕਹਿੰਦੀ ਹੁਣ ਅਹੰਕਾਰ ਇਹਨੂੰ ਸੁੱਕ ਲੈਣ ਦੇ ਕਹਿੰਦੀ ਤੂੰ ਬੈਠੇ ਤਾਂ ਮੈਂ ਹੋਰ ਲੈ ਕੇ ਆਉਂਦਾ ਉਹ ਹੇਠਾਂ ਚਲੇ ਗਈ ਉਹਨੇ ਚੱਕ ਕੇ ਭਰ ਕੇ ਨਾਲ ਕਰਤੀ ਸਾਰੀਆਂ ਮੋਹਰਾਂ ਅੱਧੀਆਂ ਵਿੱਚੋਂ ਚੱਕ ਕੇ ਆਪਣੇ ਘਰ ਦੇ ਥੋੜੀਆਂ ਮੋਹਰਾਂ ਰਹਿ ਗਈਆਂ ਤੇ ਉਹ ਚੱਕ ਕੇ ਆਪਣੇ ਘਰ ਦੇ ਵਿੱਚ ਰੱਖ ਲਈਆਂ ਤੇ ਇਉਂ ਭਾਈ ਸੰਤੋਖ ਸਿੰਘ ਜਿਹੜੇ ਮਹਾਂਕਵੀ ਜਿਹਨਾਂ ਨੇ ਕਥਾ ਲਿਖੀ ਆ ਉਹ ਕਹਿੰਦੇ ਵੀ ਮੈਂ ਉਹ ਬ੍ਰਾਹਮਣਾਂ ਦਾ ਘਰ ਅਜੇ ਵੀ ਦੇਖਿਆ ਕਹਿੰਦੇ ਉਹ ਬੜਾ ਵੱਡਾ ਘਰ ਬਣਾਇਆ ਉਹਨਾਂ ਤੇ ਇਹ ਜਿਹੜਾ ਗਲੌਰਾ ਸੀ ਗਲੌਰਾ ਆ ਕੇ ਆਪਣੇ ਘਰ ਵਾਲੇ ਨਾਲ ਲੜਿਆ ਘਰ ਵਾਲੀ ਦੇ ਵਿੱਚ ਅਣਬਣ ਹੋ ਗਈ ਤੇ ਇਹੋ ਜਿਹੀ ਅਣਬਣ ਹੋਈ ਤੇ ਜਿਹੜੇ ਰੰਗੜ ਸਨ ਉਹਨਾਂ ਨੂੰ ਕਹਿੰਦਾ ਵੀ ਆਓ ਤੁਹਾਡੀ ਮੈਂ ਸੁਲਾਹ ਕਰਾਉਣਾ ਜਾਟਾਂ ਦੇ ਨਾਲ ਸੁਲਾਹ ਕਰਾਉਣਾ ਉਹ ਪਿੰਡ ਦੇ ਵੀ ਲੰਗਰ ਨਹੀਂ ਸੀ ਦਿੰਦੇ ਤੇ ਉਹ ਕਹਿੰਦਾ ਮੈਂ ਕਿਹੜੀ ਸੁਲਾਹ ਕਰਾਉਣਾ ਉਹਨਾਂ ਨੂੰ ਇਹ ਸੁਲਾਹ ਕਰਾਉਣ ਦੇ ਬਹਾਨੇ ਲੈ ਜਦੋਂ ਪਿੰਡ ਦੇ ਵਿੱਚ ਲੰਗਰ ਲੱਗੇ ਤਾਂ ਜਿਹੜੇ ਰੰਗੜ ਸੀ ਉਹ ਜਾਟਾਂ ਨੇ ਫੜ ਕੇ ਮਾਰ ਦਿੱਤੇ ਉੱਥੇ ਕਤਲ ਹੋ ਗਏ ਕਈ ਬੰਦਿਆਂ ਦੇ ਤੇ ਇਹ ਵਿਚਾਰ ਆ ਸਕਿਆ ਉਹਨਾਂ ਨੇ ਕਿਹਾ ਵੀ ਇਹਨੇ ਸਾਡੇ ਮਰਾਏ ਨੇ ਉਹਨਾਂ ਨੇ ਫੜ ਕੇ ਇਹ ਮਾਰ ਦਿੱਤੇ ਤੇ ਜਿਹੜੀ ਇਹਦੀ ਔਲਾਦ ਸੀ ਭਾਈ ਗਲੌਰੇ ਦੀ ਉਹ ਔਲਾਦ ਸਾਡੀ ਭਾਈ ਸੰਤੋਖ ਸਿੰਘ ਕਹਿੰਦੇ ਨੇ ਮੈਂ ਦੇਖਿਆ ਉਹਨਾਂ ਨੂੰ ਰੋਟੀ ਖਾਣ ਨੂੰ ਮਿਲਦੀ ਜੇ ਸਵੇਰ ਦੀ ਖਾ ਲੈਂਦੇ ਨੇ ਸ਼ਾਮ ਨੂੰ ਨਹੀਂ ਮਿਲਦੀ ਸ਼ਾਮ ਦੀ ਖਾ ਲੈਣ ਤਾਂ ਸਵੇਰ ਦਾ ਪਤਾ ਨਹੀਂ ਉਹ ਗੁਰੂ ਦਾ ਬਚਨ ਤੋੜ ਦਿੱਤਾ ਦਸਬੰਧ ਹੈ ਜਿਹੜਾ ਗੁਰੂ ਘਰ ਨਾ ਚਾਹੁੰਦਾ ਰਿਹਾ ਬੰਦਗੀ ਛੱਡ ਦਿੱਤੀ ਪੈਸੇ ਇਕੱਠੇ ਕਰਨ ਦੇ ਚੱਕਰ ਦੇ ਵਿੱਚ ਪੈ ਗਿਆ ਘਰ ਵੀ ਉੱਜੜ ਗਿਆ ਤੇ ਆਪ ਵੀ ਉੱਜੜ ਗਿਆ ਤਾਂ ਔਲਾਦ ਆ ਜਿਹੜੇ ਉਹਦਾ ਵੀ ਖਤਮ ਹੋ ਇਹ ਭਾਈ ਗਲੌਰੇ ਦਾ ਹਾਲ ਹੈ ਮਗਰ ਗੁਰੂ ਦੇ ਮਾਤਾ ਤੇ ਇੱਕ ਹੋਰ ਪਿੰਡ ਕਰੜਾ ਪਿੰਡ ਹੈ ਕਰੜਾ ਉੱਥੇ ਗਏ ਸਤਿਗੁਰੂ ਉੱਥੇ ਦਾ ਇੱਕ ਮਸੰਦ ਸੀ ਜਦੋਂ ਦੇਖਿਆ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਏ ਨੇ ਉਹਨੇ ਪੈਸੇ ਖਾ ਜਾਂਦਾ ਸੀ ਉਹ ਦਸਵੰਧ ਖਾ ਜਾਂਦੇ ਸੰਗਤ ਦਾ ਲੈ ਕੇ ਪਹੁੰਚਾਉਂਦਾ ਹੈ ਨਹੀਂ ਸੀ ਆਪਣੇ ਘਰ ਦੇ ਵਿੱਚ ਲੁੱਕ ਗਿਆ ਘਰ ਵਾਲੇ ਨੂੰ ਕਹਿੰਦਾ ਵੀ ਜੇ ਗੁਰੂ ਮਹਾਰਾਜ ਨੇ ਮੈਨੂੰ ਸੱਦਿਆ ਤਾਂ ਕਹਿੰਦੀ ਨਹੀਂ ਘਰ ਨਹੀਂ ਅੰਦਰੇ ਚੁੱਕ ਕੇ ਬਹਿ ਗਿਆ ਦਰਸ਼ਨ ਕਰਨ ਗਿਆ ਹੀ ਨਹੀਂ ਮਹਾਰਾਜ ਨੇ ਕਿਹਾ ਵੀ ਇਹ ਆਇਆ ਨਹੀਂ ਇਹਦੀ ਕਿਸਮਤ ਮਾੜੀ ਤੇ ਹਜ਼ੂਰ ਕੋਲ ਜਿੰਨੇ ਇੰਨੀ ਮਾਇਆ ਆਉਂਦੀ ਸੀ ਨਾ ਭਾਈ ਮੱਖਣ ਸਿੰਘ ਨੂੰ ਉਸ ਇਲਾਕੇ ਦੇ ਨੇ ਉਸ ਇਲਾਕੇ ਦੇ ਵਿੱਚ ਇੰਨੀ ਸੰਗਤਾਂ ਨੇ ਮਾਇਆ ਅਰਦਾਸ ਕਰਾਈ ਤੇ ਗੁਰੂ ਤੇਗ ਬਹਾਦਰ ਮਹਾਰਾਜ ਤਾਂ ਐਸਾ ਸੁੰਦਰ ਸਨ ਜਿੰਨੀ ਮਾਇਆ ਆਉਣੀ ਉਨੀ ਇਲਾਕੇ ਵਿੱਚ ਸਾਰਿਆਂ ਨੂੰ ਵੰਡ ਦੇਣੀ ਗਰੀਬਾਂ ਨੂੰ ਵੰਡ ਦੇਣੀ ਨਾਲ ਤਾਂ ਲੈ ਕੇ ਜਾਂਦੇ ਨਹੀਂ ਕੋਈ ਵੀ ਚੀਜ਼ ਨਾਲ ਨਹੀਂ ਲੈ ਕੇ ਜਾਂਦੇ ਮਹਾਰਾਜ ਦਾ ਦੁਸ਼ਮਣਾਂ ਨੂੰ ਭਾਈ ਧੀਰਮਾਨ ਜਿਹੜਾ ਸੀ ਉਹਨੂੰ ਵੀ ਮਹਾਰਾਜ ਨੇ ਸਾਰਾ ਕੁਝ ਕਰਤਾ ਸੀ ਤੇ ਗੁਰੂ ਨੂੰ ਤਾਂ ਮਾਇਆ ਨਾਲ ਲੈਣਾ ਦੇਣਾ ਹੀ ਤੇ ਮਹਾਰਾਜ ਦੀ ਮਾਇਆ ਜਿੰਨੀ ਇਕੱਠੀ ਹੋਈ ਉਹ ਇਕੱਠੀ ਇੱਕ ਜ਼ਿਮੀਂਦਾਰ ਸੀ ਉਹਨੂੰ ਕੋਲ ਸੱਦ ਲੈ ਕਹਿੰਦੇ ਆ ਉਦੋਂ ਇਸ ਇਲਾਕੇ ਵਿੱਚ ਖੂਹ ਨਹੀਂ ਸੀ ਮਹਾਰਾਜ ਕਹਿੰਦੇ ਉਹ ਕਰ ਇਸ ਇਲਾਕੇ ਦੇ ਵਿੱਚ ਜ਼ਮੀਨ ਖਰੀਦ ਇਸ ਮਾਇਆ ਦੀ ਜ਼ਮੀਨ ਖਰੀਦ ਕੇ ਬਾਗ ਲਵਾ ਫਲਦਾਰ ਬੂਟੇ ਲਵਾ ਛਾਂਦਾਰ ਬੂਟੇ ਲਵਾ ਵਾਲੇ ਸੜਕਾਂ ਦੇ ਉੱਤੇ ਖੂਹ ਲਵਾ ਤੇ ਜਿੰਨਾ ਲਵਾਏਗਾ ਉਹਨਾਂ ਤੇਰਾ ਪਰਲੋਕ ਵਿੱਚ ਫਾਇਦਾ ਹੋ ਜਨਮ ਮਰਨ ਤੇਰਾ ਕੱਟਿਆ ਜਾਊਗਾ ਤੇ ਤੂੰ ਸੁੱਖ ਪਾਏਗਾ ਜਦੋਂ ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਮੁੱਖ ਚੋਂ ਬਚਨ ਸੁਣੇ ਤਾਂ ਉਹਨੂੰ ਇੰਨਾ ਯਕੀਨ ਆਇਆ ਭਰੋਸਾ ਆਇਆ ਵੀ ਤਾਂ ਪੀਰ ਹੈ ਪੀਰਾਂ ਦੇ ਪੀਰ ਹਨ ਉਹਨੇ ਨਮਸਕਾਰ ਕੀਤੀ ਮਹਾਰਾਜ ਕਹਿੰਦਾ ਮੈਂ ਤਾਂ ਨਹੀਂ ਕਰ ਸਕਦਾ ਤੁਸੀਂ ਜੇ ਦਇਆ ਕਰੋ ਤੁਸੀਂ ਆਪ ਕੰਮ ਕਰਵਾ ਮਹਾਰਾਜ ਤੱਕ ਤੇਰੀ ਗੁਰੂ ਨਾਨਕ ਸਾਹਿਬ ਆਖੀ ਉਹਨੇ ਕੀ ਕੀਤਾ ਆਪਣੇ ਘਰ ਦੇ ਵਿੱਚੋਂ ਵੀ ਪੈਸੇ ਪਾ ਕੇ ਉਹਨੇ ਬਾਗ ਲਵਾਇਆ ਜ਼ਮੀਨ ਖਰੀਦੀ ਅਤੇ ਭਾਈ ਸੰਤੋਖ ਸਿੰਘ ਕਹਿੰਦੇ ਮੈਂ ਉਹ ਬਾਗ ਦੇਖੇ ਨੇ ਉਹਦਾ ਪਰਿਵਾਰ ਵਧਿਆ ਫੁੱਲਿਆ ਫਲਾ ਫਲਦਾ ਦੇਖਿਆ ਸੁੱਖ ਮਾਣਦਾ ਮੈਂ ਦੇਖਿਆ ਅਤੇ ਉਹ ਜ਼ਹਿਰ ਸਮਝਦਾ ਸੀ ਗੁਰੂ ਨਾਨਕ ਪਾਤਸ਼ਾਹ ਦੇ ਲੰਗਰ ਦੀ ਮਾਇਆ ਨੂੰ ਵੀ ਪਰਿਵਾਰ ਤੱਕ ਕੱਖ ਨਹੀਂ ਦੇਣਾ ਮੈਂ ਸੋ ਸਾਰੀ ਮਾਇਆ ਉਹਨੇ ਸਫਲੀ ਕੀਤੀ ਪਰਿਵਾਰ ਉਹਦਾ ਸੁਖੀ ਅੱਜ ਦੇ ਸਮੇਂ ਵਿੱਚ ਵੀ ਆਪਾਂ ਦੇਖੀਏ ਸੰਤ ਬਾਬਾ ਦਦੇਹਰ ਸਿੰਘ ਵਿਸਾਖੇ ਬਾਬਾ ਵਿਸਾਖਾ ਸਿੰਘ ਦਦੇਹਰ ਪਿੰਡ ਦੇ ਹੋਏ ਇਹ ਗੱਲ ਤੱਕ ਦੇ ਜਥੇਦਾਰ 10-20 ਦਿਨ ਤੱਕ ਰਹੇ ਪੰਥ ਦੇ ਜਥੇਦਾਰ ਬੜਾ ਸਾਰੀ ਜ਼ਮੀਨ ਇਹਨਾਂ ਦੀ ਕੁਰਕਲੀ ਸੀ ਅੰਗਰੇਜ਼ਾਂ ਨੇ ਤੇ ਜੇਲ੍ਹ ਦੇ ਵਿੱਚ ਇਹਨਾਂ ਨੂੰ ਇੰਨਾ ਟੌਰਚਰ ਕੀਤਾ ਤੇ ਛੱਡ ਗਏ ਤਸਵੀਰ ਇੱਕ ਵਾਰ ਇਹਨਾਂ ਨੂੰ ਲੋੜ ਪੈ ਗਈ ਜਿਹੜਾ ਨਾਲਾ ਹੈ ਨਾ ਪਜਾਮੇ ਦਾ ਉਹ ਪਾਉਣ ਖਾਤਰ ਰੱਸੀ ਉਹ ਸੁੱਖ ਦਾ ਰੱਸੀ ਕੋਲ ਬਾਂਸਲੀ ਬੰਨੀ ਹੋਈ ਪੰਥ ਦੀ ਮਾਇਆ ਸੀ ਸਾਰੀ ਜਥੇਦਾਰ ਅਕਾਲ ਤਖ਼ਤ ਦੇ ਕਿਸੇ ਨੇ ਜਾ ਕੇ ਕਿਹਾ ਵੀ ਤੁਸੀਂ ਇੰਨੇ ਪੈਸੇ ਲਈ ਫਿਰਦੇ ਹੋ ਵੀ ਅੱਜ ਸੁੱਖ ਦਾ ਰਸ ਤੁਸੀਂ ਨਾਲਾ ਬੰਨੀ ਫਿਰਦੇ ਹੋ ਤੇ ਤੁਸੀਂ ਪੈਸੇ ਕੱਟ ਕੇ ਲੈ ਲਓ ਕਹਿੰਦੇ ਇਹ ਜ਼ਹਿਰ ਹੈ ਬਾਬਾ ਵਿਸਾਖਾ ਸਿੰਘ ਕਹਿੰਦੇ ਜ਼ਹਿਰ ਹੈ ਪੰਥ ਦਾ ਪੈਸਾ ਮੈਂ ਤਾਂ ਸ਼ੁਕਰ ਸ਼ੁਕਰ ਚੱਕੀ ਫਿਰਦਾ ਵੀ ਤਾਲੇ ਦੇਖ ਕੇ ਰੰਗ ਜੁੜੇ ਤਦ ਮੇਰੀ ਜ਼ਿੰਮੇਵਾਰੀ ਮੁੱਕਦੀ ਇਹ ਪੈਸਾ ਮੈਂ ਤਾਂ ਨਹੀਂ ਸਕਦਾ
ये नहीं मैं फट सकता एक ढेला भी कोलों फटते नहीं सर सत बाबा जरनैल सिंह जी भाई अमरीक सिंह जी उन्होंने कहने लगे महाराज संत संत जिहड़े ने करतार सिंह उन्होंने माता दे भोग के जाना भी जीप भेजती है टकसाल की माता प्रीतम कौर लैंड जो संतों के घरों से उन्होंने लै आओ कहते ना ये टकसाल की जीप है टकसाल का पैसा है वो भैन भरा है वो आ छ के जाने बतेरे पैसे उन्होंने ये टकसाल की जीप नहीं जा सकती ये साढ़े बड़े बड़े मुखियों का हाल है जिदे करके पंथ के ना है जी जिन्होंने देख के आपू चा गुरसिख बनता जो खुशवंत सिंह से खुशवंत सिंह सारी उम्र संत जरनैल सिंह के उल्ट लिखता रहा सारी उम्र उल्ट लिखता रहा संतान ने एक बार कह दिता कि जेड़ा सिख अमृतधारी होके शराब पी दे खुरहत करे मिट्टी का तेल पा दे मैं ज्योति सा दरबार साहब अमृतसर चले गया संतान सामने बैठ के जाके कहना मैं जरनैल सिंह शराब पीना बिस्की पीना कहना कहना लिया तेल कहना साड़ दिन कहना जो दिन कहा हो संत जरनैल सिंह कहते खुशवंत सिंह कहते देख जी महाराज ने मैं टकसाल की जिम्मेवारी दी है जे मेरी इन्नी धमकी पंजाब के लोग शराब छड़ जाएंगे मैं तो बुरे पास्यों हटा ही हाँ जे मेरे इन्ने कहने लोग शराब छड़ जाए गुरसिख बन जाए तो मेरा की ज्यादा रास्ता मैं कि साड़ा मैं तो चरीब भी मारी अजे तक वह खुशवंत सिंह खुशवंत सिंह लिखता है कहना मैं सब तो ज्यादा वह भूत कहना जरनैल सिंह भूत है पंजाब के दुनिया दुखी की है जदों शहीदी होगी उदों वह कहना है कहना जे गुरसिखी के नेड़े गुरबाणी के नेड़े सब तो नेड़े देखा है ना पंजाब यह ना सदिया के सिख कोई तो जरनैल सिंह गुरबाणी के नाल जुड़िया हुआ गुरबाणी के हूबहू अनुसार चलने वाला तो जरनैल सिंह सो सूरमा उन्हें जी की वड्याई दुश्मन कर धर्मी बंदा वह होंगे जी दुश्मन है जो दूजे धर्मों के भी जेडे नशाई पापी जी की वड्याई कर धर्मी वह होंगे तो अज के समय के गुरसिख ने जिन्हों की कमाई आप खाने इन्होंने गुरु तेग बहादुर महाराज सच्चे पातशाह के उपदेशों खूब रूप कमाया सो क्यों गुरु तेग बहादुर महाराज सच्चे पातशाह जिन्हों जिन्ह ने भी सिखा ने इस उपदेश कमाया उस समय के सुख प्राप्त किया आने वाले समय के भी सुख प्राप्त उन्होंने कुलां जो सुख प्राप्त कर दी रही इं गुरु तेग बहादुर महाराज सच्चे पातशाह दिल्ली उन्होंने अपने वस में जिहड़ियां शहीदियां ने ना गुरु पीर के अपने वस में छियां देखो गुरु अर्जन देव महाराज ने आके कर्म करना सी धरती ते आके जिन्ना चिर तक गुरु ग्रंथ साहब महाराज की संपादना नहीं हुई उन्होंने नेड़े ही गुरु गया जब संपादना कर दिती आपे कर्म कारण बना लिया आपे जाके लाहौर के शहीद जिन्ना चिर तक गुरु तेग बहादुर महाराज फिरते रहे ने कोई उन्होंने नेड़े नहीं आया जब प्रगट करना सी अपने आप को आपे मुगली देती आपे शाल देता ते अपने आप प्रगट प्रगट करके आपे गिरफ्तार होकर शहीद हो सारा कुछ उन्होंने अपने हाथ में होंगे सो ये कौतुक कर रहे हैं जिथे जिथे सतगुरु गए ने जाते हुए जिथे जिथे दर्शन दिते ने उत्थे उन्होंने उतार गए सतगुरु मेहर कर आप गुरु तेग बहादुर साहब सच्चे पातशाह का इतिहास श्रवण कर रहे हाँ इस इतिहास में वर है सतगुरां का कि जो भी प्यार नाल इतिहास सुनेगा ज्यों जागते सिखा मन सिखी वो अंदर बदलेगी गुरसिखी प्राप्त होगी सिमरन प्राप्त होगा तो सतगुरु गुरु तेग बहादुर महाराज सच्चे पातशाह भी आखन ये बाणी साढ़े हृदय अंदर बस जाए यो जो सिखा की सतन रीस प्राप्त हो गई सानू सिमरन प्राप्त ਉਹਨਾਂ ਗਲਤੀਆਂ ਦੀ ਖਿਮਾ ਕਰ ਦੇਣ ਜੀ ਆਓ ਪਤੇ ਬੁਲਾ ਕੇ ਆਸਰਾ ਹੁੰਦੀ ਗੁਰੂ ਚਰਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ